ਕੱਲ ਜੀ ਇਹ ਵੀਡੀਓ ਹੈਗੀ ਆ ਮੋਹਾਲੀ ਵਾਲੇ ਵਿਦਿਆਰਥੀਆਂ ਵਾਸਤੇ ਉਹ ਧਿਆਨ ਨਾਲ ਗੱਲ ਸੁਣਨ ਤੁਹਾਡੀ ਬਹੁਤ ਲੋੜ ਪੈਣੀ ਹੈ ਇਸ ਧਰਨੇ ਦੇ ਵਿੱਚ ਤੁਸੀਂ ਪਿਛਲੀ ਵਾਰੀ ਬਹੁਤ ਘੱਟ ਸਾਥ ਦਿੱਤਾ ਆ ਤੁਸੀਂ ਘੱਟ ਘਰੋਂ ਨਿਕਲੇ ਹੋ ਇਸ ਵਾਰ ਤੁਹਾਡਾ ਹੱਕ ਬਣਦਾ ਆ ਤੁਸੀਂ ਪੂਰਾ ਪੰਜਾਬ ਆ ਰਿਹਾ ਅਸੀਂ ਫਰੀਦਕੋਟ ਵਾਲੇ ਤੁਹਾਡੇ ਤੋਂ 250 ਕਿਲੋਮੀਟਰ ਦੂਰ ਬੈਠੇ ਹਾਂ ਇਸ ਤੋਂ ਪਿੱਛੇ ਫਾਜ਼ਿਲਕਾ ਹੈਗਾ ਅਬੋਹਰ ਹੈਗਾ ਉੱਥੋਂ ਵਿਦਿਆਰਥੀ ਪਹੁੰਚ ਗਏ ਆ ਪਰ ਜਿਹੜੇ ਨੇੜੇ ਵਾਲੇ ਸੀਗੇ ਰੋਪੜ ਨਵਾਂ ਸ਼ਹਿਰ ਮੋਹਾਲੀ ਚੰਡੀਗੜ੍ਹ ਵਾਲੇ ਉਹਨਾਂ ਦੀ ਗਿਣਤੀ ਬਹੁਤ ਘੱਟ ਸੀ ਇਸ ਧਰਨੇ ਦੇ ਵਿੱਚ ਪਰ ਇਸ ਵਾਰ ਮੋਹਾਲੀ ਵਾਲਿਆਂ ਨੂੰ ਮੇਰੀ ਬੇਨਤੀ ਆ ਮੋਹਾਲੀ ਵਾਲੇ ਹੋ ਗਏ ਖਰੜ ਵਾਲੇ ਹੋ ਗਏ ਜਿਹੜੇ ਨੇੜੇ ਪੈਂਦੇ ਆ ਉਹਨੂੰ ਮੇਰੀ ਬੇਨਤੀ ਆ ਵੀ ਇਸ ਧਰਨੇ ਦੇ ਵਿੱਚ ਪੂਰਾ ਸਾਥ ਦੇਣ ਵੱਧ ਚੜ੍ਹ ਕੇ ਸਾਥ ਦੇਣ ਤੁਸੀਂ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਸਾਹਿਬਜ਼ਾਦਾ ਅਜੀਤ ਸਿੰਘ ਨੂੰ ਤੁਸੀਂ ਜਾਣਦੇ ਹੋ ਕੌਣ ਉਸ ਸ਼ਹਿਰ ਦੇ ਰਹਿਣ ਵਾਲੇ ਹੋ ਪਰ ਤੁਹਾਡੀ ਜਿਹੜੀ ਉਹ ਤੁਹਾਡੀ ਜਿਹੜੀ ਗੈਰਤ ਹੁੰਦੀ ਆ ਜੋਸ਼ ਹੁੰਦਾ ਉਹ ਵਾਲਾ ਨਹੀਂ ਦਿਸਿਆ ਪਰ ਮੈਂ ਚਾਹੁੰਦਾ ਤੁਸੀਂ ਇਸ ਵਾਰ ਪੂਰਾ ਖੁੱਲ੍ਹ ਕੇ ਸਾਥ ਦਿਓ ਅਤੇ ਸਾਡੇ ਨਾਲ ਸਾਥ ਦਿਓ ਆਪਣਾ ਨੰਬਰ ਦਿਓ ਜਿਹੜੇ ਬੱਚੇ ਸਿੰਸੀਅਰ ਹੈਗੇ ਆ ਇਸ ਧਰਨੇ ਨੂੰ ਸਾਂਭ ਸਕਦੇ ਸਾਰੇ ਪ੍ਰੋਗਰਾਮ ਨੂੰ ਅਰੇਂਜ ਕਰ ਸਕਦੇ ਆ ਠੀਕ ਹੈ ਜਿਹੜੇ ਕਾਫੀ ਲੰਬੇ ਟਾਈਮ ਤੋਂ ਵੇਟ ਕਰਦੇ ਪਏ ਪੋਸਟਾਂ ਦੀ ਮੋਹਾਲੀ ਦੇ ਖਾਸ ਕਰਕੇ ਵਿਦਿਆਰਥੀ ਉਹਨਾਂ ਦੀ ਲੋੜ ਆ ਸਾਨੂੰ ਕਿਉਂਕਿ ਅਸੀਂ ਜਿਹੜਾ ਅਰੇਂਜਮੈਂਟ ਹੋਣਾ ਧਰਨੇ ਵਾਸਤੇ ਵੀ ਇੰਨੀ ਦੂਰੋਂ ਆ ਕੇ ਇੱਥੇ ਆ ਕੇ ਅਰੇਂਜਮੈਂਟ ਨਹੀਂ ਇਹਨਾਂ ਕਰ ਸਕਦੇ ਕੋਸ਼ਿਸ਼ ਕਰਦੇ ਅਸੀਂ ਕਰ ਰਹੇ ਵੈਸੇ ਗੱਲ ਚੱਲਦੀ ਪਈ ਆ ਪਰ ਜੇ ਕੋਈ ਵਿਦਿਆਰਥੀ ਸਾਂਭ ਸਕਦਾ ਇਸ ਧਰਨੇ ਨੂੰ ਸਾਡਾ ਸਾਥ ਦੇ ਸਕਦਾ ਆ ਜਿਹੜਾ ਲੋਕਲ ਉਹਨੂੰ ਤੁਹਾਨੂੰ ਆਪਦੇ ਏਰੀਆ ਬਾਰੇ ਨੌਲੇਜ ਹੈਗੀ ਆ ਵੀ ਕਿੱਥੋਂ ਸਮਾਨ ਲੈਣਾ ਕਿੱਥੇ ਦੇਣਾ ਹੈਗਾ ਇਸ ਕਰਕੇ ਉਹ ਸਾਰਾ ਕੁਝ ਅਰੇਂਜਮੈਂਟ ਕਰਨਾ ਉਹਦੇ ਵਿੱਚ ਤੁਹਾਡੀ ਲੋੜ ਹੈਗੀ ਆ ਜਿਹੜੇ ਚਾਹੁੰਦੇ ਆ ਵੀ ਜੋਬ ਲੱਗਣਾ ਆ ਇਹ ਧਰਨਾ ਸਕਸੈਸਫੁਲ ਰਹੇ ਜਿਹੜੇ ਚਾਹੁੰਦੇ ਆ ਉਹ ਵਿਦਿਆਰਥੀ ਮੋਹਾਲੀ ਵਾਲੇ ਚੰਡੀਗੜ੍ਹ ਵਾਲੇ ਜਿਹੜੇ ਨੇੜੇ ਪੈਂਦੇ ਆ ਜਿਹੜੇ ਚਾਹੁੰਦੇ ਆ ਵੀ ਆਪਣਾ ਧਰਨਾ ਵਧੀਆ ਇਹ ਸਕਸੈਸ ਹੋਵੇ ਆਪਾਂ ਨੂੰ ਜੋਬ ਮਿਲੇ ਆਪਣਾ ਨੋਟੀਫਿਕੇਸ਼ਨ ਆਵੇ ਉਹ ਮੇਰੇ ਨਾਲ ਕੰਟੈਕਟ ਕਰਨ ਜਾਂ ਆਪਣੇ ਪ੍ਰਧਾਨ ਜੀ ਦਾ ਮੈਂ ਨੰਬਰ ਦੇ ਦੂੰਗਾ ਉਹਦੇ ਨਾਲ ਕੰਟੈਕਟ ਕਰਨ ਠੀਕ ਹੈ ਤਾਂ ਜੋ ਆਪਾਂ ਇਸ ਧਰਨੇ ਨੂੰ ਵਧੀਆ ਸਕਸੈਸਫੁਲੀ ਲਾ ਸਕੀਏ ਅਤੇ ਆਪਣਾ ਨੋਟੀਫਿਕੇਸ਼ਨ ਕਢਾ ਸਕੀਏ ਠੀਕ ਹੈ ਥੈਂਕ ਯੂ।